यह है जी, कल बार बार कहा जा रहा सीगा कि जिहड़ियां एयरपोर्ट नूं बसा जांदियां ने वह बसा हैगियां ने कॉन्ट्रैक्ट कैरेजेस। ये कॉन्ट्रैक्ट कैरेजेस बसा की गल की जा रही थी, उन्हें चैकिंग कर आए ने भी इन्हां दे विच जिहड़ियां सवारियां ने कि वह अमृतसर हाजी गुराहे तो चढ़े हो तुसी तुसी भाई साहब गुराहा फगवाड़ा अच्छा फगवाड़ा तो ग्राहक थोड़ा नाम है रवि तुसी अमृतसर तंग करता थोड़ा यार किथे जा रहे हो सारे लोग एयरपोर्ट दिल्ली जा रहे हो सारे चलो तो थानू पता दसना है कि क्यों बस रोकी है ये बारे थोनू चान जानकारी देवांगे। ये है कि ये जिहड़ी बस है ये इंडो कनेडियन बादल वाले की बस है, पता है थोनू कितनी टिकट के पैसे दिते है? 3000 रुपया अमृतसर। 3000 रुपया अमृतसर तो टिकट एयरपोर्ट से जा रहे हो एयरपोर्ट तुसी सरदार साहब एयरपोर्ट कितने पैसे दिते? 3000। सो इन्होंने 3000 रुपया दिता है। मैं बस चलाना चाहना मेरे को ले नाल दिया बसा खड़िया है जी, पर मेरी बस नु इजाजत नहीं दे रहा केजरीवाल एयरपोर्ट तक जाने। मैं रोजाना चिट्ठी भी लिखदा ट्वीट भी करदा है, चिट्ठी भी लिखी है सरकार दी बस नु, एक बारी मैं भेजी सी उन्हें चलान करके इंपाउंड करता। जे सरकार दी बस चलूगी तो हो सकता थोनू असी 1500 च 1800 च उथे ले जाइए, पर मेरी सरकार दी बस नु इसे नाल दी सेम बस उत्थे जाने की इजाजत नहीं दी। इनू कंट्रैक्ट कैरेज कहा जाता है, कंट्रैक्ट कैरेज एक स्टेज कैरेज है जिहड़ियां बसां अड्डे ते खड़ गईयां उत्थों चक ली सवारी उत्थों चक ली। यह जिहड़ी कंट्रैक्ट कैरेज है टूरिस्ट बस है यह एक थां तों सवारी चक सकदी है ते दूजी थां ते ला सकदी है।
ਰਾਤ ਚੋਂ ਖੜਕਾ ਸਕਦੀ ਹੈ ਬਾਥਰੂਮ ਵਾਸਤੇ ਪਾਣੀ ਵਾਸਤੇ ਚਾਹ ਵਾਸਤੇ ਲੇਕਿਨ ਸਵਾਰੀ ਨਹੀਂ ਰਾਤ ਚੋਂ ਚੱਕ ਸਕਦੀ ਹੁਣ ਇਹਦੇ ਚ ਸਵਾਰੀਆਂ ਫਗਵਾੜਾ ਸਵਾਰੀਆਂ ਦਾ ਕੋਈ ਕਸੂਰ ਨਹੀਂ ਗਾ ਇਹਦੇ ਚ ਫਗਵਾੜਾ ਗੁਰਾਹਾਂ ਅੱਡ ਅੱਡ ਥਾਵਾਂ ਤੋਂ ਚਾਰ ਪੰਜ ਲੋਕ ਬੈਠੇ ਨੇ ਰਾਤ ਚ ਰੁਕੀ ਨਾ ਬੱਸ ਚ ਪੈਸੰਜਰ ਚੜਿਆ ਕਿ ਨਹੀਂ ਚੜਿਆ ਮੈਂ ਤੁਹਾਨੂੰ ਪੁੱਛਦਾ ਜਨਾਬ ਯਾਰ ਸੱਚੀ ਗੱਲ ਨੂੰ ਤਾਂ ਕਹੋ ਨਾ ਚੜਿਆ ਸੋ ਕਹਿਣ ਦਾ ਭਾਵ ਇਹ ਟੈਕਸ ਦੀ ਚੋਰੀ ਹੁੰਦੀ ਹੈ ਇਹਦਾ ਟੈਕਸ ਹੋ ਰਿਹਾ ਸਟੇਜ ਕੈਰੇਜ ਦਾ ਟੈਕਸ ਹੋ ਰਿਹਾ ਬੱਸਾਂ ਸਵਾਰੀਆਂ ਚੜਾਓ ਕੋਈ ਗੁਨਾਹ ਨਹੀਂ ਹੈ ਜਿੱਥੋਂ ਮਰਜ਼ੀ ਚੜਾਓ ਲੇਕਿਨ ਤੁਸੀਂ ਪਰਮਿਟ ਉਸ ਹਿਸਾਬ ਦਾ ਲਓ ਨਹੀਂ ਸਮਝੇ ਉਸ ਹਿਸਾਬ ਦਾ ਪਰਮਿਟ ਲਓ ਜਾਂ ਜੋ ਸਿੱਧੀ ਉੱਥੇ ਜਾਵੇ ਸੋ ਇਹ ਕਾਨੂੰਨ ਦੀ ਉਲੰਘਣਾ ਹੈ ਕੋਰਟ ਆਫ ਕੰਟੈਂਪਟ ਹੈ ਤੁਸੀਂ ਆਪ ਦੇਖ ਲਓ ਇਹ ਰੋਜ਼ ਕਹਿੰਦੇ ਹੈ ਠੀਕ ਹੈ ਕਦੇ ਕੋਰਟ ਤੋਂ ਕੋਈ ਰਿਲੀਫ ਮਿਲ ਜਾਂਦਾ ਹੈ ਪਰ ਮੈਂ ਤਾਂ ਮਾਨਯੋਗ ਹਾਈ ਕੋਰਟ ਨੂੰ ਵੀ ਕਹਾਂਗਾ ਸਹਿਬਾਨ ਸਭਾ ਨੂੰ ਵੀ ਕਹਾਂਗਾ ਕਿ ਜ਼ਮੀਨ ਦੇ ਆਕੇ ਲੋਕਾਂ ਨੂੰ ਕੁਛ ਲੈਣਾ ਚਾਹੀਦਾ ਕਿ ਇਹਨਾਂ ਨੇ ਇੰਨੀ ਵੱਡੀ ਦੁੱਧ ਬਚਾਈ ਹੈ ਹਾਈ ਕੋਰਟ ਦੇ ਆਰਡਰਾਂ ਦਾ ਸਨਮਾਨ ਕਰਦੇ ਹਾਂ ਮਾਨਯੋਗ ਹਾਈ ਕੋਰਟ ਦੇ ਜੋ ਆਰਡਰ ਹੈ ਉਹਨਾਂ ਨੂੰ ਮੰਨਦੇ ਹਾਂ ਲੇਕਿਨ ਇਹਨਾਂ ਲੋਕਾਂ ਨੂੰ ਤਾਂ ਪਰਮਿਟ ਇਹਨਾਂ ਦੇ ਰੱਦ ਕਰਕੇ ਇਹਨਾਂ ਨੂੰ ਘਰਾਂ ਨੂੰ ਤੋੜਨਾ ਚਾਹੀਦਾ ਜਿਨ੍ਹਾਂ ਨੇ ਕਈ ਸਾਲਾਂ ਤੋਂ ਪੰਜਾਬ ਦੇ ਲੋਕਾਂ ਦੀ ਲੁੱਟ ਕਰ ਰਹੇ ਨੇ ਹੁਣ 3000 ਰੁਪਇਆ ਇੱਕ ਵਿਅਕਤੀ ਤੋਂ ਲਿਆ ਜਾ ਰਿਹਾ ਕਿੰਨੀਆਂ ਸੀਟਸ ਨੇ ਇਹਦੇ ਵਿੱਚ ਪੂਰੀ ਕੈਲਕੂਲੇਟ ਅਤੇ ਗੁਣਾ ਕਰ ਲਓ ਤੁਸੀਂ ਔਰ ਸਵਾਰੀਆਂ ਇਹਨਾਂ ਨੇ ਇਹ ਜਿੰਨੀਆਂ ਸਵਾਰੀਆਂ ਚੜੀਆਂ ਤਾਂ ਬੇਸ਼ੱਕ ਅੰਮ੍ਰਿਤਸਰ ਤੋਂ ਹੈ ਲੇਕਿਨ ਅੱਡ ਅੱਡ ਥਾਵਾਂ ਤੋਂ ਇਹ ਟਿਕਟ ਬੁੱਕ ਕਰਾਉਣੀਆਂ ਅੱਡ ਅੱਡ ਥਾਵਾਂ ਤੋਂ ਅਤੇ ਇਹਨਾਂ ਨੂੰ ਉੱਥੋਂ ਟੈਕਸੀਸ ਲਿਆ ਕੇ ਇਹਨਾਂ 'ਤੇ ਚੜਾਉਂਦੀਆਂ ਜਾਣੀ ਕਿ ਇੱਕ ਇੱਕ ਸਵਾਰੀ ਅੱਡ ਅੱਡ ਕਰਦੀ ਹੈ ਇਹਦਾ ਮਤਲਬ ਟੂਰਿਸਟ ਬਸ ਨਹੀਂ ਹੈ ਟੂਰਿਸਟ ਦਾ ਇਹ ਹੁੰਦਾ ਵੀ ਇੱਕ ਬਰਾਤੀ ਇੱਕ ਕੋਈ ਘੁੰਮਣ ਵਾਲਾ ਟੂਰਿਸਟ ਆਇਆ ਉਹਨੂੰ ਲੈ ਕੇ ਆਉਣਾ ਸਰ ਸਾਢੇ ਚਾਰ ਸਾਲ ਕਾਂਗਰਸ ਸਰਕਾਰ ਰਹੀ ਕਾਂਗਰਸ ਹੁਣ ਵਾਰੀ ਵਾਰੀ ਮਾਨਸੇ ਆ ਇੱਕ ਹੀ ਗੱਲ ਪੁੱਛੀ ਜਾਏਗਾ ਸਾਢੇ ਚਾਰ ਸਾਲ ਰਹੀ ਰਾਜੇ ਬਣੇ ਨੇ ਢਾਈ ਮਹੀਨਿਆਂ ਦੇ ਵਿੱਚ 1.28 ਲੱਖ ਰੁਪਇਆ ਰੋਜ਼ਾਨਾ ਦਾ ਮੁਨਾਫਾ ਵਧਾ ਬਾਦਲ ਦੀ ਬੱਸ ਨੂੰ ਕਿਸੇ ਨੂੰ ਰੋਕਣ ਦੀ ਜ਼ਰੂਰਤ ਆਈ 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 ਫਸ ਇਹ ਕਿ ਤੁਸੀਂ ਲੋਕ ਐਪਰੀਸ਼ੀਏਟ ਕਰੋ ਜਿਵੇਂ ਸਵਾਰੀਆਂ ਨੇ ਕੀਤਾ ਹਾਲਾਂਕਿ ਉਹਨਾਂ ਨੂੰ ਬਿਪਤਾ ਆਈ ਹੈ ਕਿ ਕਿਸੇ ਨੇ ਜ਼ਰੂਰਤ ਤਾਂ ਕੀਤੀ ਹੈ ਬਾਦਲ ਦੀ ਬੱਸ ਰੋਕਣ ਨੂੰ ਅੱਜ ਤੱਕ ਬਾਦਲ ਦੀ ਬੱਸ ਕੋਈ ਰੋਕਣ ਦੀ ਕੋਈ ਜ਼ਰੂਰਤ ਨਹੀਂ ਕਰ ਰਾਜਾ ਤੁਸੀਂ ਰੋਕ ਪੁਲਿਸ ਦਾ ਲੀਡਰ ਨਾ ਐਨੀਬਡੀ ਰਾਜਾ ਸਾਹਿਬ ਤੁਸੀਂ ਰੋਕੀ ਵੀ ਹੈ ਬਾਦਲ ਦੀ ਢਾਈ ਘੰਟੇ ਇਸ ਬੱਸ ਨੂੰ ਪੰਜ ਵਾਸਤੇ ਸੜਕ ਤੇ ਖੜਾ ਗਏ ਰਾਜਾ ਸਾਹਿਬ ਰਾਜਾ ਸਾਹਿਬ ਬੱਸ ਤੇਜ਼ ਬਹੁਤ ਰਫ਼ਤਾਰ ਨਾਲ ਚੱਲ ਰਹੀ ਸੀ ਤੁਸੀਂ ਰੋਕਣ ਦੀ ਕੋਸ਼ਿਸ਼ ਕੀਤੀ ਹੈ ਫਿਰ ਵੀ ਰੁਕੀ ਤੁਸੀਂ ਦੇਖ ਲਓ ਕਿ ਕਿੰਨਾ ਬੱਸ ਬੱਸਦਾ ਹੈ ਉਹਦੀ ਬੱਸ ਕਈ ਕੁਛ ਵਿੱਚੇ ਕਿੰਨੀ ਤੇਜ਼ ਨਾਲ ਦੋ ਐਸਐਚਓ ਲਾ ਕੇ ਮਗਰ ਆਪ ਤੁਸੀਂ ਮੇਰੇ ਨਾਲ ਕਿਸੇ ਦਾ ਐਕਸੀਡੈਂਟ ਵੀ ਹੋ ਸਕਦਾ ਸੀ ਰਾਸਤੇ 'ਚ ਰੋਕਿਆ ਕਿਸੇ ਨੇ ਰੋਕੀ ਨਹੀਂ ਭਜਾ ਲਈ ਫੜੀ ਹੈ ਕਿਉਂਕਿ ਇਹਨਾਂ ਦੇ ਮਨ ਸੀ ਕਿ ਬਾਰਡਰ ਕਰੋ ਸ਼ੰਭੂ ਕ੍ਰਾਸ ਕਰ ਜਾਓ ਕਿਵੇਂ ਨਾ ਕਿਵੇਂ ਟਰਾਂਸਪੋਰਟ ਕਾਫੀ ਆ ਕਦੋਂ ਤੱਕ ਦਾ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਜਦੋਂ ਤੱਕ ਬਾਦਲ ਸਾਹਿਬ ਆ ਕੇ ਕਹਿੰਦਾ ਕਿ ਮੇਰੀ ਸਭ ਤੋਂ ਸੁਧੀਰ ਕਹਿੰਦਾ ਸੁਧੀਰ ਸੁਧੀਰ ਸਾਹਿਬ ਜੀ ਮੇਰੀ ਪੁਰਾਣੀ ਸਭ ਤੋਂ ਪੁਰਾਣੀ ਹਾਲਾਂਕਿ ਉਹਦੀ ਸਭ ਤੋਂ ਪੁਰਾਣੀ ਕੰਪਨੀ ਨਹੀਂ ਪਰ ਫਿਰ ਵੀ 1956 ਦੀ ਗੱਲ ਕਰਦਾ 57 ਦੀ ਉਦੋਂ ਦੀ ਲੁੱਟ ਹੋ ਰਹੀ ਆ ਉਦੋਂ ਤੋਂ ਇਹ ਪੈਪਸੀ ਰੋਡ ਦੇ ਲਾਂ ਇਹਨਾਂ ਨੂੰ ਫੇਲ ਕਰਨ ਦੀ ਤਜ਼ਵੀਜ਼ ਹੋ ਰਹੀ ਹੈ ਐਸੀ ਕਿਹੜੀ ਕਿ ਦਰਸ਼ਨੀ ਹੈ ਸੁਧੀਰ ਬਾਦਲ ਦਾ ਪੈਪਸੂ ਪੰਜਾਬ ਰੋਡ ਦੇ ਫੇਲ ਹੋ ਜਾਂਦੇ ਆ ਸੁਖਬੀਰ ਬਾਦਲ ਦੀਆਂ ਚੱਲਦੀਆਂ ਜਿਹੜਾ ਰੋਜ਼ ਮੈਨੂੰ ਕਹਿੰਦਾ ਮੈਂ ਮੰਤਰੀ ਤੋਂ ਸੰਤਰੀ ਬਣਾਂਗਾ ਕੋਈ ਗੱਲ ਨਹੀਂ ਮੈਨੂੰ ਆਪਦੇ ਮੰਤਰੀ ਤੋਂ ਸੰਤਰੀ ਬਣਨ ਦਾ ਕੋਈ ਡਰ ਨਹੀਂ ਤੇਰੀ ਬੱਸ ਜਿਵੇਂ ਜਿਵੇਂ ਰਾਜਾ ਵੜਿੰਗ ਰਹੇਗਾ ਸੜਕ ਦੇ ਕਾਇਦੇ ਕਾਨੂੰਨ ਦੇ ਤਹਿਤ ਹੀ ਦੌੜੇਗੀ ਨਹੀਂ ਦੌੜਨ ਨਹੀਂ ਦਿਆ ਮੁੜ ਕੇ ਸਰਕਾਰ ਨਹੀਂ ਆਉਂਦੀ ਹੈ ਹੁਣ ਸਰਕਾਰ ਆ ਰਹੀ ਹੈ ਹੁਣ ਸੇ ਕੀ ਆਉਂਦੀ ਹੈ ਆ ਰਹੀ ਹੈ